ਦੇਖਰ ਵੀਰ, ਆ ਜਿਹੜਾ ਸ਼ਰੀਕੇਬਾਜ਼ੀ ਵਾਲਾ ਝਗੜਾ ਹੈ, ਇਹਦੇ 'ਚੋਂ ਅੱਜ ਤੱਕ ਕਦੇ ਕਿਸੇ ਨੇ ਕੁਛ ਖੱਟਿਆ? ਨਾਲੇ ਜੇ ਮੈਂ ਰੋਮੀ ਦੇ ਗੋਗੀ ਦਾ ਮਾਮਾ ਤਾਂ ਤੇਰਾ ਵੀ ਤਾਂ ਮਾਮਾ ਹੀ ਲੱਗਿਆ, ਵੱਡਿਆਂ ਦੀ ਮੰਨੀ ਦੀ ਆ ਜਿੱਦ ਛੱਡ ਦੇ, ਜਿਹਦੇ ਕਰਕੇ ਤੈਨੂੰ ਨਿੱਕੇ ਹੁੰਦੇ ਨੂੰ ਜੇਲ੍ਹ ਜਾਣਾ ਪਿਆ। ਨੁਕਸਾਨ ਆਪਣਾ ਦੋਹਾਂ ਧਿਰਾਂ ਦਾ ਜਮ੍ਹਾਂ ਇੱਕੋ ਜਿਹਾ ਹੋਇਆ। ਇੱਧਰੋਂ ਬਾਈ ਬਲਦੇਵ ਗਿਆ ਤਾਂ ਉੱਧਰੋਂ ਤੇਰਾ ਚਾਚਾ ਵੀ ਗਿਆ। ਰਹੀ ਗੱਲ ਬਾਹਰ ਵਾਲੀ ਹਵੇਲੀ ਦੀ, ਉਹ ਸ਼ਦਾਈਆ ਤੂੰ ਕੱਲਾ ਕਾਰਾ ਬੰਦਾ ਹੈ, ਤੂੰ ਦੱਸ ਐਡੀ ਵੱਡੀ ਹਵੇਲੀ 'ਚ ਟੱਕਰਾਂ ਮਾਰਨੀ ਹੈ? ਤੇਰੇ ਵਾਸਤੇ ਆ ਘਰ ਬਹੁਤ ਹੈ ਨਾ ਰਹਿਣ ਵਾਸਤੇ। ਹੈਂ, ਰੋਮੀ ਦਾ ਸੁਭਾਅ ਬਾਹਲਾ ਗਰਮ ਹੈ, ਕਹਿੰਦਾ ਅਸੀਂ ਨਹੀਂ ਨਿਆਈ ਵਾਲੀ ਜ਼ਮੀਨ ਮੋੜਨੀ। ਮੈਂ ਕਿਹਾ ਭਲਿਆ ਮਾਨਸਾ, ਪਿੰਡ ਵਾਲਿਆਂ ਦੇ ਮੂੰਹ ਮੱਥੇ ਲੱਗਣਾ ਕਿ ਨਹੀਂ ਲੱਗਣਾ? ਤੂੰ ਐਂ ਕਰ, ਨਹਿਰ ਵਾਲੇ ਦੋ ਕਿੱਲੇ ਵਾਲਾ, ਹੈ ਵੀਰ ਉਹ ਜਿਹੜਾ ਕੁਛ ਮੈਂ ਕਿਹਾ ਠੀਕ ਹੈ ਨਾ ਤੇਰੇ ਵਾਸਤੇ? ਮੈਂ ਕਰਦਾ ਫਿਰ ਪੰਚਾਇਤ ਇਕੱਠੀ, ਲੱਗਦੇ ਹੱਥ ਆਪਾਂ ਪੰਚਾਇਤ ਮੂਹਰੇ ਵੀ ਸਾਰਾ ਕੁਛ ਨਿਪਟਾ ਹੀ ਦੇਈਏ। ਐਵੇਂ ਬਾਅਦ 'ਚ ਪਿੰਡ ਵਾਲੇ ਲੋਕ ਗੱਲਾਂ ਕਰਦੇ ਫਿਰਨਗੇ ਇੱਧਰ ਉੱਧਰ, ਨਾਲੇ ਸਾਡਾ ਕਿਹੜਾ ਕੋਈ ਵੈਰ ਹੈ? ਵੇਲੇ ਜਿੰਨਾ ਕੱਟ ਹੁੰਦਾ ਨਾਲ ਸਰਕਾਰਾਂ ਵੀ ਸਲਾਹ ਲੈਂਦੀਆਂ, ਹਾਂ ਮਰਜ਼ੀ ਨਾਲ ਲੀਡਰ ਜੇ ਚੁਣ ਲੈਣੀ ਉੱਥੇ ਵੋਟਾਂ ਵੀ ਨਹੀਂ ਪੈਂਦੀਆਂ। ਬੰਦੇ ਘੋੜੀਆਂ ਹਵੇਲੀ ਬਾਹਰੋਂ ਬਾਹਰ ਨੀ, ਰੱਖੇ ਫਾਈਟ ਨੂੰ ਵੀ ਪੱਟ ਬੋਲ ਚਾਰ ਨੀ, ਘੋੜੀਆਂ ਹਵੇਲੀ ਬਾਹਰੋਂ ਬਾਹਰ ਨੀ, ਰੱਖੇ ਫਾਈਟ ਨੂੰ ਵੀ ਪੱਟ ਬੋਲ ਚਾਰ ਨੀ, ਕੰਡਿਆਂ ਤੇ ਸੈਰ ਕਰਦਾ ਜਿੱਥੇ ਹੁੰਦੀਆਂ ਪਾਬੰਦੀ ਹਥਿਆਰ ਦੀ ਵੀ ਉੱਥੇ ਗੱਟ ਫੈਰ ਕਰਦਾ, ਹੁੰਦੀਆਂ ਪਾਬੰਦੀ ਹਥਿਆਰ ਦੀ ਵੀ ਉੱਥੇ ਗੱਟ ਫੈਰ ਕਰਦਾ। ਤੌਲ ਵੀ ਨਹੀਂ ਤਾਂ ਹੀ ਜਣਾ ਖਣਾ ਡਰਦਾ।